बीते कुछ दिन पहले सीआईए स्टाफ दे वल्लों दो व्यक्तियां गगनदीप सिंह अते सतनाम सिंह नू 9mm पिस्तौल एक मैगजीन अते कुछ जिंदा कारतूसां दे समेत काबू कीता गया सी जिस दी पुछगिछ तो बाद वड्डे खुलासे होए ने कि लखविंदर सिंह नामक व्यक्ति इन्हां उक्त आरोपियां नू उत्तर प्रदेश तो असला लिया के वेचदा सी जिस तो बाद सीआईए स्टाफ दे वल्लों वख-वख थावां ते रेड करन तो बाद यूपी निवासी मुहम्मद तारिक अते बलवान सिंह नामक दो व्यक्तियां नू काबू कीता गया जो इन्हां आरोपियां नू असला वेचदे सी अते अगे पंजाब दे कुछ खतरनाक अपराधियां नू असला देंदे सी। इन्हां पंजा अपराधियां दे कोलों हुण तक पंज पिस्तौल अलग अलग मारका तो इलावा दो मैगजीन 13 जिंदा कारतूस अते 23 खाली खोल बरामद किए गए ने अते इन्हां अपराधियां नू पुलिस रिमांड ते लिया गया जिन्हां तो पुछगिछ दे दौरान होर भी कई वड्डे खुलासे होण दी संभावना पुलिस दे वल्लों जताई जा रही है। इस पूरे मामले दे संबंध दे विच जानकारी दिंदे होए होर की कहना सी डीएसपी जतिंदर कुमार दा आओ सुनांदे आ तुहानूं। साडे मानयोग एसएसपी साहब श्री राजपाल संधू जी आईपीएस ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਹੜੇ ਮਾੜੇ ਅੰਸਰਾਂ ਦੇ ਖਿਲਾਫ ਮੁਹਿੰਮ ਚਲਾਈ ਗਈ ਸੀ ਉਸ ਦੌਰਾਨ ਮਿਤੀ 3/8/2022 ਨੂੰ ਇੰਸਪੈਕਟਰ ਸੀਆਈਏ ਸ਼੍ਰੀ ਅੰਮ੍ਰਿਤਪਾਲ ਸਿੰਘ ਭਾਟੀ ਦੀ ਪਾਰਟੀ ਵੱਲੋਂ ਇੱਕ ਗਗਨਦੀਪ ਸਿੰਘ ਨਾਮ ਦੇ ਅਤੇ ਸਤਪਾਲ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ। ਉਹਨਾਂ ਤੋਂ ਇੱਕ 9mm ਪਿਸਟਲ ਬਰਾਮਦ ਹੋਇਆ, ਦੋ ਰੌਂਦ ਲਾਈਵ ਜਿੰਦਾ ਕਾਰਤੂਸ ਅਤੇ ਇੱਕ ਮੈਗਜ਼ੀਨ ਬਰਾਮਦ ਕੀਤਾ ਗਿਆ ਸੀਗਾ। ਉਹਨਾਂ ਦੀ ਪੁੱਛਗਿੱਛ 'ਤੇ ਪਤਾ ਲੱਗਿਆ ਕਿ ਇੱਕ ਲਖਵਿੰਦਰ ਸਿੰਘ ਉਰਫ ਲੱਖਾ ਨਾਂ ਦਾ ਬੰਦਾ ਦੂਜੀਆਂ ਸਟੇਟਾਂ ਤੋਂ ਯੂਪੀ ਵੱਲੋਂ ਹਥਿਆਰ ਲਿਆ ਕੇ ਅਤੇ ਪੰਜਾਬ 'ਚ ਵੇਚਦਾ ਅਲੱਗ ਅਲੱਗ ਥਾਵਾਂ 'ਤੇ। ਉਹਦੇ ਫਾਰਵਰਡ ਬੈਕਵਰਡ ਲਿੰਕ ਲੱਭਣ ਲਈ ਕੱਲ੍ਹ ਪੁਲਿਸ ਵੱਲੋਂ ਰਾਜਪੁਰਾ ਹਾਈਵੇ 'ਤੇ ਜਾ ਕੇ ਅੰਬਾਲਾ ਰਾਜਪੁਰਾ ਹਾਈਵੇ ਤੋਂ ਲਖਵਿੰਦਰ ਸਿੰਘ ਲੱਖਾ ਅਤੇ ਉਹਦੇ ਨਾਲ ਦੋ ਐਸੋਸੀਏਟ ਤਾਰਿਕ ਮੁਹੰਮਦ ਤਾਰਿਕ ਅਤੇ ਬਲਵਾਨ ਸਿੰਘ ਵਾਸੀ ਯੂਪੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਲਖਵਿੰਦਰ ਸਿੰਘ ਲੱਖਾ ਤੋਂ ਦੋ ਪਿਸਟਲ, ਇੱਕ ਟੋਰਸ ਮਾਰਕਾ, ਇੱਕ 32 ਬੋਰ, ਇੱਕ 9mm ਪਿਸਟਲ ਟੋਰਸ ਹੈ, ਇੱਕ 25 ਬੋਰ ਦਾ, ਜਿਹਦੇ ਨਾਲ ਇੱਕ ਮੈਗਜ਼ੀਨ, 4 ਜਿੰਦਾ ਕਾਰਤੂਸ ਮਿਲੇ ਹੈ ਟੋਰਸ ਦੇ, 3 ਖੋਲ ਖਾਲੀ ਹੈ, 7 ਰੌਂਦ ਜਿੰਦਾ 32 ਬੋਰ ਅਤੇ 20 ਖੋਲ ਕਾਰਤੂਸ 32 ਬੋਰ ਲਖਵਿੰਦਰ ਸਿੰਘ ਲੱਖਾ ਤੋਂ ਬਰਾਮਦ ਹੋਇਆ, ਇੱਕ ਬੇਬੀ ਪਿਸਟਲ ਮਾਰਕਾ CZ ਅਤੇ ਇੱਕ ਬੇਬੀ ਪਿਸਟਲ ਮਾਰਕਾ CZ ਬਲਵਾਨ ਸਿੰਘ ਅਤੇ ਮੁਹੰਮਦ ਤਾਰਕ ਪਾਸੋਂ ਬਰਾਮਦ ਹੋਇਆ। ਨਹੀਂ, ਇਹ ਕੰਟਰੀ ਮੇਡ ਹੈ ਅਤੇ ਜਿਹੜਾ ਟੋਰਸ ਹੈ ਇਹਦਾ ਕਲੀਅਰ ਕਰ ਰਹੇ ਹਾਂ, ਇਹਦਾ ਜਿਹੜਾ ਬੈਰਲ ਦੇ ਉੱਤੋਂ ਰਗੜਿਆ ਹੋਇਆ ਉਹਨਾਂ ਨੇ ਸਾਰਾ ਕੁਛ, ਉਹਦਾ ਵੈਰੀਫਾਈ ਕਰ ਰਹੇ ਹਾਂ ਅਸੀਂ। ਲਖਵਿੰਦਰ ਸਿੰਘ ਯੂਪੀ ਤੋਂ ਲਿਆ ਕੇ ਮੁਹੰਮਦ ਤਾਰਿਕ ਅਤੇ ਬਲਵਾਨ ਸਿੰਘ ਪਾਸੋਂ ਅੱਗੇ ਵੇਚਦਾ ਸੀਗਾ ਅਤੇ ਅੱਗੇ ਜਿਹੜੇ ਦੋ ਬੰਦੇ ਫੜੇ ਗਏ ਉਹ ਆਪਣੇ ਨਿੱਜੀ ਦੁਸ਼ਮਣੀਆਂ ਕੱਢਣ ਲਈ ਰੱਖਦੇ ਸੀ ਆਪਣੇ ਕੋਲ, ਹਜੇ ਇਸ ਬਾਰੇ ਤਸਦੀਕ ਕਰ ਰਹੇ ਹਾਂ ਅਸੀਂ। ਇਹਦੇ 'ਚ ਖਾਲੀ ਕਾਰਤੂਸ ਵੀ ਸਾਨੂੰ ਮਿਲੇ ਹੈ, ਉਹਦੇ ਬਾਰੇ ਅਸੀਂ ਤਫਤੀਸ਼ ਕਰ ਰਹੇ ਹਾਂ ਵੀ ਇਹ ਕਿੱਥੇ ਵਰਤੇ ਗਏ ਨੇ। ਲਖਵਿੰਦਰ ਸਿੰਘ ਦੇ ਖਿਲਾਫ਼ ਇੱਕ ਮੁਕੱਦਮਾ ਦਰਜ ਹੈ ਥਾਣਾ ਫਤਿਹਗੜ੍ਹ ਸਾਹਿਬ ਦੇ ਵਿੱਚ, 420 ਦਾ, 379, 473 ਅਤੇ 411 ਮੋਟਰਸਾਈਕਲ ਚੋਰੀ ਦਾ ਸੀਗਾ। ਇਹਨਾਂ ਦੇ ਖਿਲਾਫ਼ ਮੁਕੱਦਮਾ ਨੰਬਰ 121 3/8/2022 ਨੂੰ ਦਰਜ ਹੋਇਆ, ਉਹਦੇ ਵਿੱਚ ਸਤਪਾਲ ਸਿੰਘ, ਗਗਨਦੀਪ ਸਿੰਘ ਅਤੇ ਲਖਵਿੰਦਰ ਸਿੰਘ ਲੱਖਾ ਦੇ ਖਿਲਾਫ਼ ਦਰਜ ਸੀਗਾ। ਸਤਪਾਲ ਅਤੇ ਗਗਨਦੀਪ ਨੂੰ 3 ਤਰੀਕ ਨੂੰ ਅਰੈਸਟ ਕਰ ਲਿਆ ਸੀ, ਉਹਨਾਂ ਤੋਂ ਇੱਕ 9mm ਪਿਸਟਲ ਮਿਲਿਆ ਸੀਗਾ, ਇੱਕ ਮੈਗਜ਼ੀਨ ਸੀ, ਦੋ ਕਾਰਤੂਸ ਮਿਲੇ ਸੀਗੇ। ਉਹਨਾਂ ਦੀ ਪੁੱਛਗਿੱਛ 'ਤੇ ਅੱਗੇ ਗੱਲ ਆਈ ਸੀ ਕਿ ਲਖਵਿੰਦਰ ਸਿੰਘ ਲੱਖਾ ਦੂਜੀਆਂ ਸਟੇਟਾਂ ਤੋਂ ਵੈਪਨ ਲਿਆ ਕੇ ਅਤੇ ਪੰਜਾਬ ਵਿੱਚ ਵੇਚਦਾ। ਇਹਦੇ ਬਾਰੇ ਅਜੇ ਅਸੀਂ ਰਾਤ ਹੀ ਲਖਵਿੰਦਰ ਸਿੰਘ ਅਤੇ ਉਹਦੇ ਜੋ ਦੋ ਐਸੋਸੀਏਟ ਆ ਯੂਪੀ ਵਾਲੇ ਜਿਹੜੇ ਅਸਲਾ ਵੇਚ ਲਿਆ ਕੇ ਦਿੰਦੇ ਸੀ ਅਤੇ ਲਖਵਿੰਦਰ ਵੇਚਦਾ ਸੀ, ਇਹ ਰਾਤ ਹੀ ਗ੍ਰਿਫਤਾਰ ਕੀਤੇ, ਅਜੇ ਇਹਨਾਂ ਦੀ ਪੁੱਛਗਿੱਛ ਜਾ ਰਹੀ ਹੈ। ਜੇ ਕੋਈ ਵੀ ਇਹੋ ਜਿਹਾ ਤੱਥ ਸਾਹਮਣੇ ਆਏ ਤਾਂ ਅਸੀਂ ਜ਼ਰੂਰ ਤੁਹਾਡੇ ਧਿਆਨ 'ਚ ਲਿਆਵਾਂਗੇ।